ਹਾਂਜੀ ਸਟੂਡੈਂਟਸ, ਆਈ ਸੋਨੀਆ ਅਰੋੜਾ, ਵੈਲਕਮ ਯੂ ਆਲ, ਸਤਿ ਸ਼੍ਰੀ ਅਕਾਲ ਸਭ ਨੂੰ। ਆਈ ਹੋਪ ਕਿ ਤੁਸੀਂ ਸਭ ਬਿਲਕੁਲ ਠੀਕ ਠਾਕ ਹੋ। ਗਾਇਸ, ਕੀ ਤੁਸੀਂ ਵੀ ਆਉਣ ਵਾਲੇ ਪੰਜਾਬ ਪਟਵਾਰੀ, ਪੰਜਾਬ ਪੁਲਿਸ ਐਗਜ਼ਾਮ 'ਚ ਇੰਗਲਿਸ਼ 'ਚ ਫੁੱਲ ਸਕੋਰ ਕਰਨਾ ਚਾਹੁੰਦੇ ਹੋ? ਕੀ ਤੁਹਾਡੇ ਅੰਦਰ ਇੰਗਲਿਸ਼ ਲਈ ਡਰ ਬੈਠਿਆ ਹੋਇਆ? ਕੀ ਤੁਹਾਨੂੰ ਲੱਗਦਾ ਕਿ ਇੰਗਲਿਸ਼ ਹੋ ਹੀ ਨਹੀਂ ਸਕਦੀ? ਅਸੀਂ ਪੰਜਾਬੀਆਂ, ਸਾਨੂੰ, ਮੈਨੂੰ ਪਤਾ ਹੈ ਕਿ ਸਾਨੂੰ ਇੰਗਲਿਸ਼ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ। ਸਾਨੂੰ ਹੀ ਲੱਗਦਾ ਵੀ ਇਹ ਸਬਜੈਕਟ ਏਦਾਂ ਦਾ ਹੈ ਕਿ ਜਿਹੜਾ ਮਤਲਬ ਸਾਨੂੰ ਐਗਜ਼ਾਮ 'ਚ ਮਰਵਾਏਗਾ ਹੀ ਮਰਵਾਏਗਾ। ਤੇ ਪਤਾ ਨਹੀਂ ਕਿੰਨੇ ਅਨਲਿਮਿਟਿਡ ਸਟੂਡੈਂਟਸ ਐਦਾਂ ਦੇ ਨੇ ਆਪਣੇ ਨਾਲ ਜੁੜੇ ਹੋਏ, ਆਪਣੇ ਬੈਚਸ ਦੇ ਅੰਦਰ, ਜਿਹੜੇ ਕਿ ਪਹਿਲਾਂ ਉਹਨਾਂ ਨੂੰ ਵੀ ਐਵੇਂ ਲੱਗਦਾ ਹੁੰਦਾ ਸੀ, ਇੰਗਲਿਸ਼ ਹਵਾ ਲੱਗਦਾ ਸੀ, ਉਹਨਾਂ ਦਾ ਅੰਦਰ ਫੋਬੀਆ ਸੀ, ਡਰ ਸੀ ਇੰਗਲਿਸ਼ ਦਾ। ਬਟ ਉਹਨਾਂ ਨੇ ਜਦੋਂ ਐਗਜ਼ਾਮ ਦਿੱਤਾ, ਹੁਣ ਜਿਹੜਾ ਪ੍ਰੀਵੀਅਸ ਪੰਜਾਬ ਪੁਲਿਸ ਦੇ ਐਗਜ਼ਾਮ ਹੋਏ ਸੀ, ਹਾਈ ਕੋਰਟ ਦੇ ਐਗਜ਼ਾਮਸ ਹੋਏ ਸੀ, ਉਹਨਾਂ ਸਟੂਡੈਂਟਸ ਦੇ ਹੀ ਰਿਵਿਊਜ਼ ਨੇ। ਇਹ ਮੈਂ ਤੁਹਾਨੂੰ ਇਸ ਲਈ ਦਿਖਾ ਰਹੀ ਹਾਂ ਕਿ ਸਟੂਡੈਂਟਸ ਦਾ ਰਿਜ਼ਲਟ ਰੁਕ ਰਿਹਾ ਹੈ। ਬਹੁਤ ਸਾਲਾਂ ਤੋਂ ਵਿਚਾਰੇ ਪਰੇਸ਼ਾਨ ਨੇ, ਸਿਰਫ ਇੰਗਲਿਸ਼ ਕਰਕੇ ਭਟਕਦੇ ਰਹਿੰਦੇ ਆ। ਉਹਨਾਂ ਨੂੰ ਇਹ ਲੱਗਦਾ ਵੀ ਸਮਝ ਨਹੀਂ ਆਉਂਦੀ ਵੀ ਇੰਗਲਿਸ਼ ਕਰੀਏ ਜਾਂ ਨਾ ਕਰੀਏ। ਦੇਖੋ ਗਾਇਸ, ਛੱਡ ਕੇ ਕੋਈ ਸਬਜੈਕਟ ਤੁਸੀਂ ਕੰਪੀਟੀਟਿਵ 'ਚ ਅੱਗੇ ਨਹੀਂ ਜਾ ਸਕਦੇ, ਤੁਸੀਂ ਪਿੱਛੇ ਰਹੋਗੇ। ਇਹ ਤਾਂ ਮੇਰਾ ਪ੍ਰੋਮਿਸ ਹੈ, ਇਹ ਤਾਂ ਤੁਹਾਨੂੰ ਸਭ ਨੂੰ ਹੁਣ ਤੱਕ ਪਤਾ ਚੱਲ ਗਿਆ। ਕਈ ਸਟੂਡੈਂਟ ਕਹਿੰਦੇ, ਮੈਮ ਸਾਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਤਿਆਰੀ ਕਰਦਿਆਂ ਨੂੰ, ਬਟ ਇੰਗਲਿਸ਼ ਕਰਕੇ ਮਾਰ ਖਾ ਜਾਂਦੇ, ਇੰਗਲਿਸ਼ ਕਰਕੇ ਗੱਲ ਨਹੀਂ ਬਣਦੀ, ਇੰਗਲਿਸ਼ ਕਰਕੇ ਪੇਪਰ ਰੁਕ ਜਾਂਦਾ ਹੈ, ਬਹੁਤ ਸਾਰੇ ਪੇਪਰ ਖਰਾਬ ਹੋ ਚੁੱਕੇ ਹੈ। ਤੁਸੀਂ ਇਹ ਗਲਤੀ ਨਹੀਂ ਕਰਨੀ। ਇਹ ਇਦਾਂ ਦੇ ਸਟੂਡੈਂਟਸ ਨੇ ਜਿਨ੍ਹਾਂ ਨੇ ਐਗਜ਼ਾਮ ਦਿੱਤੇ ਸੀ, ਹਾਈ ਕੋਰਟ ਕਲਰਕ ਦਾ ਦਿੱਤਾ, ਪੰਜਾਬ ਪੁਲਿਸ ਦਾ ਦਿੱਤਾ, ਜਿਨ੍ਹਾਂ ਦੇ ਰਿਹਾ ਵੀ 30 ਵਿੱਚੋਂ 28 ਨੰਬਰ ਤੱਕ ਅਸੀਂ ਸੋਲਵ ਕਰਕੇ ਆਏ। ਇਹ ਸਟੂਡੈਂਟ ਦੇ ਰਿਵਿਊਜ਼ ਰਹੇ ਹੈ, ਇਹਨਾਂ ਨੂੰ ਪੜ੍ਹੋ ਤੁਸੀਂ। ਤਾਂ ਤੁਸੀਂ ਵੀ ਇਸ ਤਰੀਕੇ ਨਾਲ ਦੇਖੋ, 30 ਚੋਂ 9 ਅਟੈਂਪਟ ਹੋ ਗਏ ਈਜ਼ੀਲੀ ਕਹਿੰਦੇ ਪੰਜਾਬ ਪੁਲਿਸ ਦੇ ਪੇਪਰ 'ਚ। ਹਾਈ ਕੋਰਟ ਕਲਰਕ 'ਚ ਕਿੰਨੇ ਨੰਬਰ ਦੀ ਇੰਗਲਿਸ਼ ਹੁੰਦੀ ਹੈ ਤੁਸੀਂ ਖੁਦ ਦੇਖੋ, ਉੱਥੇ ਵੀ ਬੱਚੇ ਬਹੁਤ ਅੱਛਾ ਸਕੋਰ ਕਰਕੇ ਆਏ। ਸਾਰੇ ਪੰਜਾਬ ਪੁਲਿਸ ਦੇ ਰਿਵਿਊਜ਼ ਹੈ, ਪੰਜਾਬ ਹਾਈ ਕੋਰਟ ਦੇ ਰਿਵਿਊਜ਼ ਨੇ, ਪਟਵਾਰੀ ਸਟੂਡੈਂਟ ਦੇ ਰਿਵਿਊਜ਼ ਹੈ, ਤਾਂ ਇਹਨਾਂ ਨੂੰ ਦੇਖੋ। ਤਾਂ ਅਸੀਂ ਵੀ ਜੇ ਚਾਹੁੰਦੇ ਹਾਂ ਬਿਲਕੁਲ ਜ਼ੀਰੋ ਤੋਂ ਬਈ ਤਿਆਰੀ ਕਰਨਾ ਇਸ ਸਾਰੇ ਸਿਲੇਬਸ ਦੀ, ਆ ਸਾਰਾ ਕੁਝ ਕਵਰ ਕਰਵਾਓ, ਤਾਂ ਤੁਹਾਨੂੰ ਲੱਗੂਗਾ ਕਿ ਨਹੀਂ ਇੰਗਲਿਸ਼ ਗ੍ਰਾਮਰ ਪੜ੍ਹ ਰਹੇ, ਤੁਹਾਨੂੰ ਲੱਗੂਗਾ ਤੁਸੀਂ ਪੰਜਾਬੀ ਗ੍ਰਾਮਰ ਪੜ੍ਹ ਰਹੇ ਹੋ, ਇੰਨਾ ਕੁਝ ਜ਼ਿਆਦਾ ਤੁਹਾਡਾ ਇੰਟਰਸਟ ਬਣ ਜਾਊਗਾ। ਕਲੀਅਰ? ਜੇ ਦੂਜੇ ਕਰ ਸਕਦੇ ਆ, ਅਸੀਂ ਵੀ ਕਰ ਸਕਦੇ ਹਾਂ। ਕਈ ਐਵੇਂ ਦੇ ਸਟੂਡੈਂਟ ਦੇ ਰਿਵਿਊਜ਼ ਪਏ ਹੈ, ਤੁਸੀਂ ਟੈਲੀਗ੍ਰਾਮ ਗਰੁੱਪ ਜੁਆਇਨ ਕਰਿਓ, ਇੰਗਲਿਸ਼ ਵਿਦ ਸੋਨੀਆ, ਉੱਥੇ ਸਟੂਡੈਂਟ ਦੇ ਰਿਵਿਊਜ਼ ਪੜ੍ਹਿਓ। ਕਈ ਕਹਿੰਦੇ ਨਫ਼ਰਤ ਕਰਦਾ ਸੀ ਮੈਂ ਇੰਗਲਿਸ਼ ਨੂੰ, ਬਟ ਅੱਜ ਇਹੀ ਸਬਜੈਕਟ ਮੇਰਾ ਫੇਵਰਟ ਬਣ ਚੁੱਕਿਆ ਹੈ। ਅਸੀਂ ਕਰਦੇ ਹਾਂ ਇੰਗਲਿਸ਼ ਗ੍ਰਾਮਰ, ਪੰਜਾਬੀ ਗ੍ਰਾਮਰ ਦੀ ਤਰ੍ਹਾਂ, ਨਾਲ ਨਾਲ ਕਰਦੇ ਹਾਂ ਅਸੀਂ ਵਕੈਬ 'ਚ ਸਿਨੋਨਿਮ ਐਂਟੋਨਿਮ ਵਨ ਵਰਡ ਸਾਰੇ ਸ਼ਾਰਟਕਟ ਲਗਾ ਕੇ। ਆਪਣਾ ਫਾਰਮੂਲਾ ਕੀ ਰਹਿੰਦਾ? ਹਮੇਸ਼ਾ ਸ਼ਾਰਟਕਟ ਲਗਾ ਕੇ। ਪੰਜਾਬ ਦਾ ਇੱਕ ਇਦਾਂ ਦਾ ਇੰਗਲਿਸ਼ ਦਾ ਪਲੇਟਫਾਰਮ ਹੈ ਜਿੱਥੇ ਵਕੈਬ ਤੁਹਾਨੂੰ ਸਿਖਾਈ ਜਾਂਦੀ ਹੈ ਸ਼ਾਰਟਕਟ ਲਗਾ ਕੇ, ਤਾਂ ਕਿ ਜਿਹੜਾ ਵਰਡ ਮੈਂ ਤੁਹਾਨੂੰ ਅੱਜ ਸਿਖਾਤਾ, ਅੱਜ ਤੋਂ 6 ਮਹੀਨੇ, ਸਾਲ ਬਾਅਦ ਵੀ ਜੋ ਵਰਡ ਦਿਖ ਗਿਆ ਕਿਤੇ, ਤੁਹਾਨੂੰ ਉਹਦਾ ਮੀਨਿੰਗ ਪਤਾ ਹੋਊਗਾ, ਤੁਹਾਨੂੰ ਉਹਦਾ ਆਂਸਰ ਪਤਾ ਹੋਊਗਾ, ਸਾਰਾ ਕੁਝ ਆਉਂਦਾ ਹੋਊਗਾ ਤੁਹਾਨੂੰ ਵਕੈਬ ਦਾ। ਸਿਨੋਨਿਮ ਦੇ 5 ਨੰਬਰ ਦੀ ਵਕੈਬ ਆ ਜੇ, 7 ਨੰਬਰ ਦੀ ਵਕੈਬ ਆ ਜੇ, 5 'ਚੋਂ ਮੈਂ 4 ਦੀ ਗਰੰਟੀ ਕਰਦੀ ਹਾਂ, 7'ਚੋਂ ਮੈਂ 6 ਦੀ ਗਰੰਟੀ ਕਰ ਦਿੰਦੀ ਹਾਂ। ਕਲੀਅਰ? ਠੀਕ ਹੈ ਜੀ। ਨਾਲ ਨਾਲ ਅਸੀਂ ਕਰਾਂਗੇ ਟਰਾਂਸਲੇਸ਼ਨ। ਆਪਣੇ ਪਲੇਟਫਾਰਮ ਤੇ ਟਰਾਂਸਲੇਸ਼ਨ ਦੀ ਬਹੁਤ ਸਾਰੀ ਕਲਾਸਸ ਪਈਆਂ ਵੀ ਜਿਹੜੀਆਂ ਤੁਹਾਡੇ ਲਈ ਹੈਲਪਫੁਲ ਹੋ ਸਕਦੀਆਂ। ਟਰਾਂਸਲੇਸ਼ਨ ਦਾ ਬਈ ਪੰਜਾਬ ਪੁਲਿਸ ਦਾ ਪੇਪਰ ਦੇਣਾ, ਟਰਾਂਸਲੇਸ਼ਨ ਕਰੀਏ, ਅੱਗੋ ਹਾਈ ਕੋਰਟ ਦੀ ਵੈਕੈਂਸੀ ਆਉਣਗੀਆਂ, ਉਦੋਂ ਸੀ ਨਾਲ ਕਰੀਏ, ਕਰਨੀ ਪਊਗੀ। ਆਪਾਂ ਇੰਗਲਿਸ਼ ਸਿੱਖਦੇ ਹਾਂ ਇਸ ਤਰੀਕੇ ਨਾਲ। ਪੰਜਾਬੀ ਤੋਂ ਅੰਗਰੇਜ਼ੀ ਅਨੁਵਾਦ ਦੇ ਵਰਡ ਆਉਂਦੇ ਨੇ ਬਹੁਤ ਸਾਰੇ, ਉਹ ਵਕੈਬ ਹੀ ਹੁੰਦੀ ਹੈ, ਵਕੈਬ ਦੇ ਵਿੱਚੋਂ ਹੀ ਨਿਕਲ ਜਾਂਦੇ। ਜਦੋਂ ਮੈਂ ਹੁਣੇ ਤੁਹਾਨੂੰ ਦਿਖਾਇਆ ਸੀ, ਉੱਥੇ ਮੈਂ ਇੱਕ ਪੇਪਰ ਸੋਲਵ ਕਰਾਇਆ ਹੋਇਆ ਸੀ ਪੰਜਾਬ ਪੁਲਿਸ ਦਾ, ਉਸ 'ਚ ਅੰਗਰੇਜ਼ੀ ਤੋਂ ਪੰਜਾਬੀ ਤੋਂ ਅੰਗਰੇਜ਼ੀ ਅਨੁਵਾਦ ਦਿੱਤਾ ਹੋਇਆ ਸੀ। ਕਲੀਅਰ? ਜੇ ਤੁਸੀਂ ਵੀ ਫੁੱਲ ਫਲੈਜ ਇੰਗਲਿਸ਼ ਦੀ ਤਿਆਰੀ ਕਰਨਾ ਚਾਹੁੰਦੇ ਹੋ, ਤਾਂ ਬਈ ਆਪਣਾ ਨਵਾਂ ਬੈਚ ਜਿਹੜਾ ਕੱਲ ਤੋਂ ਸ਼ੁਰੂ ਹੋ ਰੱਖਿਆ, ਜਿਸਦਾ ਨਾਮ ਹੈ ਸਰਲ ਇੰਗਲਿਸ਼। ਸਰਲ ਦਾ ਮਤਲਬ ਬਹੁਤ ਸੌਖੇ ਤਰੀਕੇ ਨਾਲ ਇੰਗਲਿਸ਼ ਕਰਦੇ ਹਾਂ, ਦਾਵਾ ਕਰਦੇ ਹਾਂ ਅਸੀਂ ਬੈਸਟ ਕੰਟੈਂਟ ਦਾ, ਕਿ ਬੈਸਟ ਕੰਟੈਂਟ ਮਿਲੂ ਤੇ ਬੈਸਟ ਹੀ ਸਕੋਰ ਕਰੂ। ਇਹ ਗ੍ਰੈਮਰ, ਵਕੈਬ, ਟਰਾਂਸਲੇਸ਼ਨ, ਪ੍ਰੈਕਟਿਸ ਸ਼ੀਟ ਸਾਰਾ ਕੁਝ ਇਹਦੇ 'ਚ ਕੰਪਲੀਟ ਹੋਊਗਾ। ਲਾਈਵ ਟੈਸਟ ਮਿਲਦਾ ਤੁਹਾਨੂੰ, ਟੋਪਿਕ ਵਾਈਜ਼ ਸਾਰੇ ਟੋਪਿਕਸ ਦੇ ਬਈ ਟੈਸਟ ਸੀਰੀਜ਼ ਇਹਦੇ ਵਿੱਚ ਹੀ ਰਹੂਗੀ। ਅੱਡ ਤੋਂ ਆਉਣ ਵਾਲੇ ਕਿਸੇ ਐਗਜ਼ਾਮ ਵਾਸਤੇ ਤੁਹਾਨੂੰ ਟੈਸਟ ਸੀਰੀਜ਼ ਕਰਨ ਦੀ ਲੋੜ ਨਹੀਂ ਹੈ। ਸਮਝ ਰਹੇ ਹੋ? ਪੰਜਾਬ ਪੁਲਿਸ, ਪਟਵਾਰੀ, ਵੀਡੀਓ, ਜਿਹੜੇ ਮਰਜ਼ੀ ਐਗਜ਼ਾਮ ਵਾਸਤੇ ਤੁਸੀਂ ਪ੍ਰਿਪੇਅਰ ਕਰਨਾ ਚਾਹੁੰਦੇ ਹੋ, ਤੇ ਇਸ ਬੈਚ ਦਾ ਪ੍ਰਾਈਸ ਬਈ ਇਹ ਨਹੀਂ ਹੈ।
ਕਲੀਅਰ, ਇਸ ਬੈਗ ਤੇ ਡਿਸਕਾਊਂਟ ਕੂਪਨ ਲੱਗਿਆ ਹੋਇਆ ਹੈ, ਉਸ ਦੇ ਉੱਪਰ ਜਾ ਕੇ ਹੀ ਬਾਏ ਕਰਿਓ, ਕਿਉਂ ਕਈ ਸਟੂਡੈਂਟਸ ਕੀ ਕਰਦੇ ਨੇ ਬਈ ਸਿੱਧਾ ਹੀ ਚੱਕ ਦਿੰਦੇ ਆ ਖੜਾ, ਦੇਖਦੇ ਹੀ ਨਹੀਂ ਵੀ ਉੱਥੇ ਲੱਗਿਆ ਹੋਇਆ, ਆਪਾਂ ਜ਼ਿਆਦਾ ਕਿਉਂ ਪੇ ਕਰਨਾ ਜਦੋਂ ਉੱਥੇ ਡਿਸਕਾਊਂਟ ਕੂਪਨ ਲੱਗਿਆ ਹੋਇਆ। ਕਲੀਅਰ, ਇਹ ਬੈਚ 24 ਜਨਵਰੀ ਤੋਂ ਸ਼ੁਰੂ ਹੋਏਗਾ, ਗ੍ਰੈਮਰ ਵੋਕੈਬ ਦਾ ਕੰਪਲੀਟ ਬੈਚ ਰਹੇਗਾ, ਪ੍ਰੈਕਟਿਸ ਕੰਟੈਂਟ ਐਸੇ ਸਾਰਾ ਕੁਝ ਹੋਏਗਾ, ਵੈਲਿਡਿਟੀ 2 ਸਾਲ ਦੀ ਹੈ। 2 ਸਾਲ ਕਿਉਂ ਹੈ, ਕਈ ਵਾਰ ਲੱਗਦਾ ਕਿ ਯਾਰ ਠੀਕ ਹੈ ਜੀ ਕੋਈ ਵੈਕੈਂਸੀ ਬਾਅਦ ਚੋਂ ਆ ਰਹੀ ਹੈ, ਅੱਗੇ ਜਾ ਕੇ 2024 ਦੇ ਐਂਡ ਤੇ ਕੋਈ ਵੈਕੈਂਸੀ ਨਿਕਲੇ ਮੰਨ ਲਓ ਤਾਂ ਸਾਨੂੰ ਲੱਗੇ ਵੀ 2025 ਚ ਅਸੀਂ ਫਿਰ ਦੁਬਾਰਾ ਬੈਚ ਬਾਏ ਕਰਾਂਗੇ, ਰੀਨਿਊ ਕਰਾਂਗੇ, ਨਹੀਂ ਉਹ ਤੁਹਾਨੂੰ ਕਰਨਾ ਨਹੀਂ ਪਊਗਾ। ਇਸ ਕਰਕੇ ਮੈਂ ਸਾਰੇ ਬੈਚਸ ਦੀ ਵੈਲਿਡਿਟੀ ਫੁੱਲ ਦੇ ਰਹੀ ਹਾਂ ਇਸ ਟਾਈਮ, ਤਾਂ ਕਿ ਮੇਰੇ ਸਟੂਡੈਂਟ ਨੂੰ ਵਾਰ-ਵਾਰ ਪੇ ਨਾ ਕਰਨਾ ਪਵੇ, ਉਹਨਾਂ ਇਸੇ ਦੇ ਅੰਦਰ ਹੀ ਉਹਨਾਂ ਦਾ ਸਾਰਾ ਕੁਝ ਹੋ ਜੇ, ਕੰਮ ਤਮਾਮ ਹੋ ਜੇ, ਮਤਲਬ ਤੁਹਾਡਾ ਕਲੀਅਰ, ਕੰਮ ਤੁਹਾਡਾ ਤਮਾਮ ਹੋ ਜੇ, ਕਲੀਅਰ, ਕੰਮ ਨਿਪਟ ਜੇ ਤੁਹਾਡਾ, ਤਾਂ ਇਸੇ ਡਿਸਕਾਊਂਟ ਕੂਪਨ ਲੱਗਿਆ ਹੋਇਆ ਹੈ। ਆਹ ਚੀਜ਼ ਯਾਦ ਰੱਖਣੀ ਹੈ, ਇਹ ਚੀਜ਼ ਬੋਲੀ ਹੈ ਤੇ ਇਹ ਚੀਜ਼ ਪ੍ਰੂਵ ਵੀ ਕੀਤੀ ਹੈ ਮੈਂ ਹਮੇਸ਼ਾ, ਜਦੋਂ ਦੇ ਆਪਾਂ ਆਨਲਾਈਨ ਤੇ ਆਏ ਹਾਂ, ਆਪਾਂ ਆਫਲਾਈਨ ਛੱਡ ਕੇ ਆਨਲਾਈਨ ਤੇ ਆਏ ਹਾਂ, ਇਸ ਚੀਜ਼ ਨੂੰ ਪ੍ਰੂਵ ਵੀ ਕੀਤਾ ਆਪਣੀ ਮਿਹਨਤ ਦੇ ਨਾਲ, ਤੇ ਵਾਹਿਗੁਰੂ ਜੀ ਨੇ ਉਸਦਾ ਮੁੱਲ ਵੀ ਮੋੜਿਆ ਹਮੇਸ਼ਾ ਮੈਨੂੰ। ਕਲੀਅਰ, ਜਦੋਂ ਪੇਪਰ ਹੁੰਦਾ ਤੇ ਆਉਂਦੇ ਹੀ ਰਿਵਿਊਜ਼ ਆਉਂਦੇ ਆ ਸਟੂਡੈਂਟ ਦੇ, ਕਿਹੜਾ ਮਰਜ਼ੀ ਪੇਪਰ ਉਠਾ ਕੇ ਦੇਖ ਲਓ ਤਾਂ ਜੋ ਪੜਾਇਆ ਉਸ ਦੇ ਵਿੱਚੋਂ ਹੀ ਸਟੂਡੈਂਟ ਨੂੰ ਚੀਜ਼ਾਂ ਮਿਲ ਜਾਂਦੀਆਂ ਹੈ। ਕਲੀਅਰ, ਠੀਕ ਹੈ ਜੀ, ਤਾਂ ਬਈ ਤੁਹਾਡੀ ਮਿਹਨਤ ਦੀ ਵੀ ਲੋੜ ਹੈ, ਮੈਨੂੰ ਪੂਰੀ ਦੀ ਪੂਰੀ ਲੋੜ ਹੈ ਤੁਹਾਡੀ ਮਿਹਨਤ ਦੀ। ਜੇ ਤੁਸੀਂ ਇਸ ਬੈਚ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੋਂ ਐਪ ਡਾਊਨਲੋਡ ਕਰੋਗੇ ਸੋਨੀਆ ਅਰੋੜਾ, ਠੀਕ ਹੈ। ਜਦੋਂ ਐਪ ਡਾਊਨਲੋਡ ਕਰਨੀ ਹੈ ਧਿਆਨ ਨਾਲ ਸੁਣ ਲਓ, ਉਦੋਂ ਇੱਕ ਆਪਸ਼ਨ ਪੁੱਛਦਾ ਵੀ ਸਾਈਨ ਇਨ ਐਜ਼ ਅ ਪੇਰੈਂਟ, ਪੇਰੈਂਟ ਵਾਲੀ ਆਪਸ਼ਨ ਆਨ ਕਰਨੀ ਹੈ, ਨਹੀਂ ਆਨ ਕਰਨੀ, ਉੱਥੇ ਪੇਰੈਂਟ ਵਾਲੀ ਆਪਸ਼ਨ ਪੁੱਛੂਗਾ ਕਿ ਪੇਰੈਂਟ ਹੋ ਤੁਸੀਂ, ਨਹੀਂ ਹੋ, ਚਾਹੇ ਪੇਰੈਂਟ ਦੇ ਫੋਨ ਤੋਂ ਕਰ ਰਹੇ ਹੋ ਤਾਂ ਵੀ ਨਹੀਂ ਹੈ ਜੀ, ਸਿਰਫ ਫੋਨ ਨੰਬਰ ਭਰੋ, ਨੇਮ ਭਰੋ ਤੇ ਚਲੋ ਐਪ ਸਟਾਰਟ ਹੋ ਗਈ ਤੁਹਾਡੀ, ਠੀਕ ਹੈ ਜੀ। ਤਾਂ ਬਈ ਜੇ ਕੋਈ ਵੀ ਡਾਊਟ ਹੈ ਤਾਂ ਬਈ ਇਹ ਨੰਬਰ ਸੇਵ ਕਰ ਲਓ ਸੋਮਿਆ ਅਰੋੜਾ ਮੈਮ ਦੇ ਨਾਮ ਤੇ, ਇਸ ਤੇ ਤੁਸੀਂ ਵਟਸਐਪ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਜੇ ਤੁਸੀਂ ਆਈਫੋਨ ਯੂਜ਼ ਕਰਦੇ ਹੋ ਤਾਂ ਤੁਹਾਡੇ ਕਲਾਸ ਪਲੱਸ ਡਾਊਨਲੋਡ ਕਰੋਗੇ ਐਪ ਫੋਨ ਤੋਂ, ਜੇ ਕਲਾਸ ਪਲੱਸ ਐਪ ਆਲਰੇਡੀ ਡਾਊਨ ਹੈ ਫਿਰ ਸਿਰਫ ਸਿਰਫ ORG ਕੋਡ ਚੇਂਜ ਕਰਕੇ ਚਲਾ ਲੋਗੇ ਐਪ, ਇੰਗਲਿਸ਼ ਦੀ ਐਪ ਖੁੱਲ ਜੂਗੀ, ਨਾ ਸਮਝ ਆਏ ਤਾਂ ਸਿੱਧਾ ਇਸ ਤੇ ਵਟਸਐਪ ਕਰੋਗੇ। ਓਕੇ ਹੈ ਜੀ, ਕੋਈ ਟੈਨਸ਼ਨ ਨਹੀਂ, ਇਹ ਸਾਰਾ ਕਵਰ ਕਰਾਂਗੇ। ਇੱਕ ਆ ਦੇਖੋ, ਆਹ ਚੀਜ਼ ਆਈ ਹੋਈ ਹੈ ਪੰਜਾਬੀ ਟੂ ਇੰਗਲਿਸ਼ ਟ੍ਰਾਂਸਲੇਸ਼ਨ, ਪੰਜਾਬੀ ਟੂ ਇੰਗਲਿਸ਼ ਅਨੁਵਾਦ ਹੁੰਦਾ ਜਿਹੜਾ, ਇਹ ਵਰਡਸ ਆਉਂਦੇ ਆ ਇਹ ਵਿੱਚੇ ਹੀ ਆਪਾਂ ਕਵਰ ਕਰਾਂਗੇ, ਵੋਕੈਬ ਦੇ ਸੈਸ਼ਨ ਦੇ ਨਾਲ ਨਾਲ ਹੀ ਕਰਵਾਉਂਦੇ ਜਾਓ, ਠੀਕ ਹੈ ਜੀ। ਤਾਂ ਇੰਗਲਿਸ਼ ਅਸੀਂ ਦਾਵਾ ਕਰਦੇ ਹਾਂ, ਪ੍ਰੋਮਿਸ ਕਰਦੇ ਹਾਂ ਕਿ ਫੁੱਲ ਸਕੋਰ ਕਰੋਗੇ, ਬਟ ਤੁਹਾਨੂੰ ਰੋਜ਼ ਦਾ ਜੇ ਤੁਸੀਂ 1.5 ਘੰਟਾ ਪੜ੍ਹ ਸਕਦੇ ਹੋ ਇੰਗਲਿਸ਼ ਨੂੰ 40 ਦਿਨਾਂ ਵਾਸਤੇ, 40 ਦਿਨਾਂ ਵਾਸਤੇ ਇੰਗਲਿਸ਼ ਨੂੰ 1.5 ਘੰਟਾ ਦੇਣ ਨੂੰ ਤਿਆਰ ਹੋ, ਤਾਂ ਮੈਂ ਵੀ ਤੁਹਾਨੂੰ ਇਹ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ 20 ਵਿੱਚੋਂ ਬਈ 18 ਨੰਬਰ 19 ਨੰਬਰ ਤੁਹਾਡੇ ਸਿੱਧੇ ਹੋ ਜਾਣਗੇ, 30 ਵਿੱਚੋਂ 28-29 ਨੰਬਰ ਉਹ ਸਿੱਧੇ ਹੋ ਜਾਣਗੇ, 15 ਵਿੱਚੋਂ 13-14 ਨੰਬਰ ਸਿੱਧੇ ਹੋ ਜਾਣਗੇ। ਬਟ ਮੈਨੂੰ ਉਹ ਸਟੂਡੈਂਟ ਚਾਹੀਦੇ ਆ, ਮੈਨੂੰ ਭੀੜ ਨਹੀਂ ਚਾਹੀਦੀ, ਮੈਨੂੰ ਰਿਜ਼ਲਟ ਚਾਹੀਦਾ ਹੈ। ਕਲੀਅਰ, ਜਿਹੜਾ ਆਪਣਾ ਨਾਮ ਹੁੰਦਾ, ਜਿਹੜੀ ਆਪਣੀ ਸੈਲਫ ਰਿਸਪੈਕਟ ਹੁੰਦੀ ਹੈ, ਸੈਲਫ ਅਸਟੀਮ, ਸੈਲਫ ਡਿਗਨਿਟੀ ਹੁੰਦੀ ਆ, ਉਹ ਮੇਰੇ ਲਈ ਸਭ ਤੋਂ ਉੱਪਰ ਹੈ। ਇੱਥੇ ਖੜ ਕੇ ਬੋਲਣਾ ਬਹੁਤ ਔਖਾ ਹੈ, ਓਪਨਲੀ ਚੈਲੰਜ ਕਰਨਾ ਕਿ ਜੋ ਪੜਾਇਆ ਉਸ ਚੋਂ ਆਊਗਾ, ਬਹੁਤ ਔਖਾ ਹੈ, ਉਸ ਲਈ ਬਹੁਤ ਜੀ ਤੋੜ ਮਿਹਨਤ ਕਰਨੀ ਪੈਂਦੀ ਹੈ, ਤੇ ਮੈਂ ਉਹ ਮਿਹਨਤ ਕਰਦੀ ਹਾਂ। ਕਲੀਅਰ, ਓਕੇ ਜੀ, ਤੇ ਮਿਲਦੇ ਆ ਫਿਰ ਸਾਡੇ ਬੈਚ ਦੇ ਅੰਦਰ ਜਿਹੜਾ ਆਪਣਾ ਸ਼ੁਰੂ ਹੋਣ ਜਾ ਰਿਹਾ ਹੈ, ਕੱਲ ਤੋਂ ਕਰਾਂਗੇ ਫੁੱਲ ਫਲੈਜ ਵਧੀਆ ਤਰੀਕੇ ਨਾਲ ਇਸ ਤਿਆਰੀ। ਇੰਗਲਿਸ਼ ਕਰਕੇ ਅੱਗੇ ਜਾਓਗੇ, ਇੰਗਲਿਸ਼ ਕਰਕੇ ਪਿੱਛੇ ਨਹੀਂ ਆਓਗੇ ਤੁਸੀਂ, ਇਹ ਮੇਰਾ ਪ੍ਰੋਮਿਸ ਹੈ। ਲਿਮਿਟਡ ਜਿਹਾ ਦਾਇਰਾ, ਲਿਮਿਟਡ ਜਿਹਾ ਪੜ੍ਹਨਾ ਪੈਂਦਾ ਇੰਗਲਿਸ਼ ਵਾਸਤੇ, ਇਹਨਾਂ ਕਿ ਬਹੁਤ ਸਾਰਾ GK, ਬਹੁਤ ਸਾਰੇ ਕਰੰਟ ਅਫੇਅਰਸ, ਬਹੁਤ ਕੁਝ ਕਰਨਾ ਪਊਗਾ, ਮੈਥ ਦੇ ਸਮ ਸੋਲਵ, ਬਸ ਇੰਗਲਿਸ਼ ਦਾ ਤਾਂ ਇਹ ਵੀ ਸੁਣਾ ਨਹੀਂ ਮੰਨਦਾ, ਤਾਂ ਸਿੱਧਾ 1 ਨੰਬਰ ਤੁਹਾਡੇ ਅਕਾਊਂਟ 'ਚ। ਗ੍ਰੈਮਰ ਦਾ ਕੁਸ਼ਚਨ ਆਉਂਦਾ ਹੈ, ਆਪਸ਼ਨ ਕੱਟੀਆਂ, ਕੁਸ਼ਚਨ ਸੋਲਵ, ਅਹੀਂ ਅਹੀਂ ਹੁੰਦਾ, ਅਹੀਂ ਅਹੀਂ, ਏਦਾਂ ਕੰਮ ਨਹੀਂ ਪੜਦਾ ਇੰਗਲਿਸ਼, ਰਾਈਟ, ਏਦਾਂ ਨਹੀਂ ਹੁੰਦਾ ਵੀ ਬਹੁਤ ਬਹੁਤ ਜ਼ਿਆਦਾ ਤਾਮਝਾਮ ਹੁੰਦਾ, ਏਦਾਂ ਦਾ ਨਹੀਂ ਹੁੰਦਾ। ਓਕੇ ਗਾਈਸ, ਚਲੋ ਮਿਲਦੇ ਫਿਰ ਬੈਚ ਦੇ ਅੰਦਰ, ਬਾਏ, ਟੇਕ ਕੇਅਰ, ਕੋਈ ਵੀ ਡਾਊਟ ਆਏ ਤਾਂ ਵਟਸਐਪ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਓਕੇ ਗਾਈਸ, ਬਾਏ।